ਅਸਲਾਮ ਵਾਲੇਕੁਮ ਮੌਜੂਦ ਨਾਜ਼ਰੀ ਅਤੇ ਨਾਜ਼ਰੀਨ, ਸਭ ਤੋਂ ਪਹਿਲੇ ਅਸੀਂ ਤੁਹਾਨੂੰ ਬਹੁਤ 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 ਮੁਬਾਰਕ ਦਿੰਦੇ ਹਾਂ ਕਿ ਪਾਕਿਸਤਾਨ ਵਿਨ ਕਰ ਗਿਆ ਮੈਚ, ਅਤੇ ਇਹ ਮੌਜੂਦਾ ਤਾਂ ਰੱਬ ਵੱਲੋਂ ਆਉਂਦਾ, ਪਰ ਅੱਜ ਉਹਨਾਂ ਨੇ ਆਪਣੀ ਪਰਫਾਰਮੈਂਸ ਵੀ ਦਿੱਤੀ ਹੈ, ਅਤੇ ਅਸੀਂ ਸਪੈਸ਼ਲ ਤੁਹਾਡੇ ਕੋਲ ਸਾਡੀ ਸ਼ੋਪ 'ਤੇ ਡਾਰ ਸਪੋਰਟ ਚੈਨਲ ਦੀ ਜਿਹੜੀ ਸ਼ੋਪ ਹੈ ਉੱਥੇ ਆਏ ਨੇ ਨਬੀ ਖਾਨ, ਅਤੇ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਹਾਂ। ਅਤੇ ਨਵੀਂ ਖਾਨ ਸਾਹਿਬ, ਤੁਸੀਂ ਪੂਰਾ ਮੈਚ ਦੇਖਿਆ, ਤੁਹਾਨੂੰ ਕਿਹੋ ਲੱਗਾ? ਸਾਨੂੰ ਸਰ ਮੈਚ ਦੇਖ ਕੇ ਬਹੁਤ ਖੁਸ਼ੀ ਹੋਈ ਆ। ਪਹਿਲੇ ਤਾਂ ਮਾਸ਼ਾਅੱਲਾ ਪਰਫਾਰਮੈਂਸ, ਬਹੁਤ ਜ਼ਬਰਦਸਤ ਪਰਫਾਰਮੈਂਸ ਦਿਖਾਈ ਸਾਡੀ ਟੀਮ ਨੇ। ਸਭ ਤੋਂ ਪਹਿਲੇ ਜਿਹੜੀ ਇਹਨਾਂ ਦੀ ਫਸਟ ਵਿਕਟ ਡਿੱਗੀ ਆ ਨਾ, ਉਹਦੇ ਨਾਲ ਹੀ ਸਾਡੀ ਨਾ ਮਾਸ਼ਾਅੱਲਾ ਸਾਡਾ ਜਜ਼ਬਾ ਯਾਨੀ ਕਿ ਜਵਾਬ ਦੋ ਕਿ ਅੱਜ ਅਸੀਂ ਪ੍ਰੋਗਰਾਮ ਪਹਿਲੇ ਵੀ ਕੀਤਾ ਸੈਮੀ ਫਾਈਨਲ ਤੋਂ ਪਹਿਲੇ, ਅਤੇ ਅਸੀਂ ਲੋਕਾਂ ਦੇ ਕੋਲੋਂ ਪੁੱਛਿਆ ਕਿ ਲੋਕਾਂ ਦਾ ਇਹੋ ਹੀ ਸੀ ਜ਼ਿਆਦਾ ਕਿ ਫਾਈਨਲ ਸਾਡਾ ਇੰਡੀਆ ਨਾਲ ਹੀ ਪਵੇ, ਅਸੀਂ ਵਿਨ ਕਰੀਏ। ਅਤੇ ਤੁਹਾਡਾ ਤੁਹਾਡਾ ਕੀ ਖਿਆਲ ਹੈ? ਤੁਹਾਡੀ ਵੀ ਦੁਆਵਾ ਹੁਣ ਇਸ ਟਾਈਮ ਇੰਡੀਆ ਨਾਲ ਵੇ ਕੇ ਜਿੱਤੇ ਨਾ ਹੋਵੇ? ਨਹੀਂ ਨਹੀਂ, ਇੰਡੀਆ ਨਾ ਹੋਵੇ ਸਾਡਾ ਫਾਈਨਲ, ਉਹਨਾਂ ਨੂੰ ਅਸੀਂ ਪਰ ਇੰਡੀਆ ਜਿੱਤੇ, ਇੰਡੀਆ ਜਿੱਤੇਗਾ ਤੇ ਆਏਗਾ ਨਾ, ਇੰਡੀਆ ਜਿੱਤੇਗਾ ਤੇ ਇੰਡੀਆ ਨਾਲ ਸਾਡਾ ਫਾਈਨਲ ਪਵੇਗਾ। ਹੁਣ ਤੁਹਾਡੀ ਦੁਆ ਫਿਲਹਾਲ ਇੰਡੀਆ ਨਾਲ ਹੈ ਕਿ ਇੰਡੀਆ ਜਿੱਤੇ? ਇੰਡੀਆ ਜਿੱਤੇ, ਬਿਲਕੁਲ, ਅਸੀਂ ਇੰਡੀਆ ਨੂੰ ਅਸੀਂ ਪਾਵਰ ਦਿਖਾਣੀ ਆਪਣੀ, ਠੀਕ ਹੋ ਗਿਆ। ਤੇ ਅੱਜ ਦਾ ਵੈਸੇ ਤੁਹਾਨੂੰ ਟਰਨਿੰਗ ਪੁਆਇੰਟ ਕਿਹੜਾ ਲੱਗਾ ਜਿਹੜਾ ਮੈਚ ਦੇ ਵਿੱਚ, ਜਾਂ ਤੁਸੀਂ ਕਿਹਾ ਕਿ ਯਾਰ ਇੱਥੋਂ ਆ ਕੇ ਮੈਚ ਦਾ ਨਾ ਪਾਸਾ ਹੀ ਹੈ? ਸਰ ਇਹ ਤਾਂ ਸ਼ੁਰੂ ਤੋਂ ਬਹੁਤ ਜ਼ਬਰਦਸਤ ਖੇਲਣ ਡੇ ਸੀ, ਜਦੋਂ 10 ਓਵਰਾਂ ਤੀਕ ਕਰਨਾ ਬਹੁਤ ਹੀ ਮਾਸ਼ਾਅੱਲਾ ਟਾਪ 'ਤੇ ਅੱਛੀ ਯਾਨੀ ਕਿ ਇਹਨਾਂ ਨੇ ਪਰਫਾਰਮੈਂਸ ਦਿਖਾਈ। ਉਸ ਤੋਂ ਬਾਅਦ ਥੋੜ੍ਹਾ ਜਿਹਾ ਸਲੋਅ ਹੋ ਗਏ ਲੋਕਾਂ ਦੀ ਨਾ ਜ਼ਰਾ ਹਿੰਮਤ ਵੀ ਨਾਲ ਪਾਕਿਸਤਾਨ ਵਾਲੇ, ਪਰ ਨਿਊਜ਼ੀਲੈਂਡ ਵੀ 10 ਓਵਰਾਂ 'ਚ ਬਹੁਤ ਅੱਛਾ, 15 ਓਵਰਾਂ 'ਚ ਆਪਣੀਆਂ ਵਾਰੀਆਂ 'ਚ ਠੀਕ ਸੀ, ਪਰ ਪਾਕਿਸਤਾਨ ਨੇ ਕੰਟਰੋਲ ਕੀਤਾ ਨਾ ਨਿਊਜ਼ੀਲੈਂਡ, ਹਾਂ ਬਾਅਦ 'ਚੋਂ ਆਖਰੀ ਪੰਜ ਓਵਰਾਂ 'ਚ ਕੰਟਰੋਲ ਕੀਤਾ ਸਕੋਰ ਸਾਡਾ। ਇਹ ਜ਼ਬਰਦਸਤ ਹੋਇਆ ਕਿ ਸਾਡਾ ਸਕੋਰ ਇਸ ਵਾਰੀ ਨਾ ਇਹਨਾਂ ਦਾ 152 ਤੋਂ ਉੱਪਰ ਨਹੀਂ ਗਿਆ। ਇਹਨਾਂ ਨੇ ਜਿਹੜੀ ਪਰਫਾਰਮੈਂਸ ਸ਼ੁਰੂ 'ਚ ਕਰਨ ਡੇ ਸੀ ਨਾ ਨਿਊਜ਼ੀਲੈਂਡ ਵਾਲੇ, ਇਹ 180 ਤੋਂ ਉੱਪਰ ਜਾਣਾ ਸੀਗਾ, ਪਰ ਪਾਕਿਸਤਾਨ ਨੇ ਬਹੁਤ ਅੱਛੀ ਪਰਫਾਰਮੈਂਸ ਕਰਕੇ ਇਹਨਾਂ ਦਾ ਸਕੋਰ ਵੀ ਕੰਟਰੋਲ ਕੀਤਾ, ਅਤੇ ਆਪ ਵੀ ਮਿਹਨਤ ਕਰਕੇ ਮਾਸ਼ਾਅੱਲਾ ਫਾਈਨਲ 'ਚ ਪਹੁੰਚੇ। ਅਤੇ ਸਾਡੀ ਦੁਆ ਵਾ ਅੱਲਾ ਕਰੇ ਫਾਈਨਲ ਵੀ ਅਸੀਂ ਜਿੱਤ ਕੇ ਆਈਏ, ਆਪਣੇ ਮੁਲਕ ਦਾ ਨਾਂ ਰੋਸ਼ਨ ਕਰੀਏ ਇਨਸ਼ਾਅੱਲਾ। ਅਤੇ ਅੱਜ ਤੁਸੀਂ ਵੈਸੇ ਤੁਹਾਡੇ ਨਜ਼ਰ 'ਚ ਤੁਸੀਂ ਕਹਿੰਦੇ ਕਿ ਯਾਰ ਬੰਦੇ ਨੇ ਬੜੀ ਅੱਛੀ ਕੁਆਲਿਟੀ ਪਰਫਾਰਮ ਕੀਤਾ ਬੈਟਿੰਗ 'ਚ, ਬੋਲਰ ਦੇ ਜੋ ਕਿਹੜੇ ਐਸੇ ਸੀ? ਸਰ ਬੈਟਿੰਗ ਦੇ ਵਿੱਚ ਪਹਿਲੇ ਕੋ ਤੁਹਾਡੀ ਹੋਰ ਗੱਲ, ਹਾਰਸ ਨੂੰ ਤੁਸੀਂ ਕਿਹੋ ਪਾਇਆ ਜਿਹੜਾ ਹਾਰਸ ਨੇ ਫਿਰ ਮਾਸ਼ਾਅੱਲਾ 30 ਸਕੋਰ ਕਰ ਗਿਆ? ਹਾਰਸ ਨੇ 30 ਸਕੋਰ ਕੀਤਾ, ਪਰ ਐਂਡ ਦੇ ਵਿੱਚ ਜਿਹੜਾ ਮੈਚ ਹੁੰਦਾ ਨਾ, ਉਹ 'ਚ ਬੰਦਾ ਕਨਫਿਊਜ਼ ਹੋ ਜਾਂਦਾ, ਉਹਨੇ ਕਨਫਿਊਜ਼ਨ ਨਹੀਂ ਪੈਦਾ ਕੀਤੀ ਆਪਣੇ ਆਪ 'ਚ, ਉਹਨੇ ਮੈਂਟਲੀ ਅਪਰੋਚ ਠੀਕ ਸੀ, ਉਹਦੀ ਜ਼ਬਰਦਸਤ ਸੀਗੀ, ਐਂਡ ਦੇ ਵਿੱਚ ਉਹਨੇ ਮੈਚ ਜਿਹੜਾ ਨਾ ਸਾਡੇ ਵਾਸਤੇ ਈਜ਼ੀ ਕਰ ਦਿੱਤਾ, ਮੈਚ ਛੱਕਾ ਇੱਕ ਛੋਕਾ ਲਾ ਕੇ। ਹਾਂ ਬਿਲਕੁਲ, ਉਹ ਤੁਹਾਡੇ ਜਿਹੜਾ ਉਹਨੇ ਐਂਡ ਦੇ ਜਿਹਾ ਛਿੱਕਾ ਵੀ ਲਗਾਇਆ ਬਹੁਤ ਸਾਰਾ ਉਹ 'ਚ, ਕਿਉਂਕਿ 17 ਬਾਲਾਂ 'ਤੇ 21 ਸਕੋਰ ਸੀ, ਸ਼ਾਟ 'ਤੇ 1-2 ਵੀ ਲੱਗਦੀਆਂ ਅਤੇ ਤੁਹਾਡੇ ਕਲੋਜ਼ ਹੋ ਜਾਂਦੇ, ਤੁਸੀਂ ਉਹ ਕਲੋਜ਼ ਪਹੁੰਚਾ ਦਿੱਤਾ, ਉਹਨੇ ਬਹੁਤ ਜ਼ਬਰਦਸਤ ਈਜ਼ੀ ਕਰ ਦਿੱਤਾ ਸਾਡੇ ਵਾਸਤੇ। ਹੈ ਕਿ ਤੁਸੀਂ ਹਾਰਸ ਦਾ ਵੀ ਕਹਿੰਦੇ ਹੋ ਕਿ ਹਾਰਸ ਵੀ ਅੱਛਾ ਬਹੁਤ ਖੇਡਿਆ, ਹਾਰਸ ਤੇ ਮਾਸ਼ਾਅੱਲਾ ਬਹੁਤ ਜ਼ਬਰਦਸਤ, ਚਾਹੇ ਦੇਖ ਲਓ ਬਾਬਰ ਆਜ਼ਮ ਦਾ ਵੀ ਟੂਣਾ ਟੁੱਟ ਗਿਆ, ਜ਼ਬਰਦਸਤ ਕੀ ਖਿਆਲ ਹੈ ਲੋਕ ਨਾ ਲੋਕ, ਮੈਂ ਕਹਿੰਦਾ ਨਵਾਂ ਕਿ ਜਿਹੜਾ ਪਲੇਅਰ ਹੈ ਨਾ ਉਹ ਗਰਾਊਂਡ 'ਚ ਖਲੋਤਾ ਹੀ ਪਲੇਅਰ ਲੱਗਦਾ ਵੇ। ਹੁਣ ਬਾਬਰ ਆਜ਼ਮ ਨੂੰ ਪਹਿਲੇ ਸਾਰੇ ਪੂਜਦੇ ਹੁੰਦੇ ਸੀ, ਸਿੱਧੀ ਸਾਫ਼ ਗੱਲ, ਅਤੇ ਹੁਣ ਵਰਲਡ ਕੱਪ 'ਚ ਉਹਦੀ ਪਰਫਾਰਮੈਂਸ ਨਹੀਂ ਅੱਛੀ ਹੋਈ, ਲੋਕਾਂ ਨੇ ਐਸਾ ਬਸ ਉਹਨਾਂ ਲੋਕ ਯਾਰ ਸਮਝ ਨਹੀਂ ਲੱਗਦੀ, ਤਬਸਰਾ ਨਗਾਰ ਵੀ ਐਸੀ ਅਸੀਂ ਗੱਲ ਕਰ ਦਿੰਦੇ ਕਿ ਬੰਦਾ ਕਹਿੰਦਾ ਕਿ ਯਾਰ ਇਹਨਾਂ ਨੂੰ ਸਮਝ ਹੀ ਨਹੀਂ ਆ, ਪਤਾ ਨਹੀਂ। ਬਾਕੀ ਸਰ ਅੱਲਾ ਪਾਕ ਕਾਮਯਾਬ ਕਰੇ, ਬਾਕੀ ਬਿਲਕੁਲ ਅੱਲਾ ਪਾਕ ਕਾਮਯਾਬ ਰੱਖੇ, ਅਲਹਮਦੁਲਿਲਾ ਅੱਲਾ ਪਾਕ ਹਰ ਵੇਲੇ ਕਾਮਯਾਬ ਰੱਖੇ, ਸਾਡਾ ਨਾਂ ਰੋਸ਼ਨ ਹੋਵੇ ਠੀਕ ਸਾਡੇ ਮੁਲਕ ਦਾ, ਠੀਕ ਹੋਵੇ ਠੀਕ ਹੋਵੇ। ਨਬੀ ਖਾਨ ਤੁਸੀਂ ਸਾਡੇ ਕਹਿ ਲਓ ਕਿ ਸ਼ੋਪ 'ਤੇ ਆਏ ਹੋ, ਮਾਸ਼ਾਅੱਲਾ ਤੁਸੀਂ ਵਕਤ ਦਿੱਤਾ, ਅਤੇ ਨਾਲ ਹੀ ਤੁਸੀਂ ਸਾਡਾ ਪ੍ਰੋਗਰਾਮ ਦੇਖਿਆ, ਉਹਨੂੰ ਲਾਈਕ ਵੀ ਕਰੀਓ, ਸ਼ੇਅਰ ਵੀ ਕਰੀਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰੀਓ। ਅਤੇ ਨਬੀ ਖਾਨ ਦਾ ਸਾਡੇ ਚੈਨਲ 'ਤੇ ਪਹਿਲਾ ਪ੍ਰੋਗਰਾਮ ਸੀ, ਕਾਏ ਬਗਾਏ ਅਸੀਂ ਨਬੀ ਖਾਨ ਨੂੰ ਲਾਜ਼ਮੀ ਬੁਲਾਉਂਦੇ ਰਹਾਂਗੇ, ਬਾਕੀ ਜ਼ਿੰਦਗੀ ਨੇ ਵਫਾ ਕੀਤੀ, ਦੁਬਾਰਾ ਮੁਲਾਕਾਤ ਹੋ ਗਈ, ਅੱਲਾ ਹਾਫਿਜ਼ ਜੀ, ਟੀਮ ਨੂੰ ਆਪਣੀ ਦੁਆਵਾਂ 'ਚ ਯਾਦ ਰੱਖਣਾ, ਆਮੀਨ।